ਗੋਲੀ ਵੱਜੀ ਸੀ ਰਾਤ ਦੇ ਰੋੜੇ ਵਿੱਚ ਬਹੁਤੇ ਬੰਦਿਆਂ ਦੇ ਕਈਆਂ ਦੇ ਲੋਕ ਵਗ ਜਾਂਦੇ ਸਾਡੇ ਫਾਰਮ ਭਰੋ ਸਾਨੂੰ ਛੱਤਾਂ ਦੇ ਖੜੇ ਸੀ ਆ ਵੇਖੋ ਜਨਾਬ ਉਦੋਂ ਦਾ ਐਸ ਐਚ ਓ ਮੇਰੀ ਕੋਠੀ ਚ ਆ ਕੇ ਬੈਠਾ ਇੱਕ ਮਿੰਟ ਵੀਰੇ ਲਿਪੇ ਪਿੱਛੇ ਹੋਣਾ ਸ਼ੇਰ ਦਾ ਡੀ ਐਸ ਪੀ ਬੇਵਕੂ ਬਣਾਈ ਸਾਡੇ ਬੰਦੇ ਸਾਡੇ ਕਿਸੇ ਬੰਦੇ ਕੱਲ ਟਰਾਲੀਆਂ ਭਰ ਕਰਕੇ ਉਹਨਾਂ ਦੀ ਟਰਾਲੀ ਛੜੇ ਆ ਇੱਧਰ ਆਈ ਜੀ ਜਨ ਸਰ ਵੀਡੀਓ ਆ ਗੋਲੀ ਵੱਜੀ ਸੀ ਰਾਤ ਦੇ ਰੋੜੇ ਵਿੱਚ ਰੋੜੇ ਵਿੱਚ ਬਹੁਤੇ ਬੰਦਿਆਂ ਦੇ ਕਈਆਂ ਦੇ ਲੋਕ ਮਰ ਜਾਂਦੇ ਸਾਡੇ ਫਾਰਮ ਭਰੋ ਸਰ ਉਹ ਸਾਹਮਣੇ ਛੱਤ ਇਲੈਕਸ਼ਨ ਕਮਿਸ਼ਨ ਦੇਖੇ ਭੇਜੋ ਉਹ ਬੰਦੇਦਾਰੋ ਸਾਹਮਣੇ ਖੜੇ ਛੱਤ ਮਾਰ ਕੇ ਲੈਣ ਜੋਟਾ ਵਿੱਚ ਉਹ ਛੱਤਾਂ ਦੇ ਖੜੇ ਸੀ ਆ ਵੇਖੋ ਜਨਾਬ ਇੱਕ ਮਿੰਟ ਵੀਰੇ ਲਿਪੇ ਪਿੱਛੇ ਹੋਣਾ ਹੈ ਸ਼ੇਰ ਦਾ ਡੀ ਐਸ ਪੀ ਬੇਵਕੂ ਬਣਾਈ ਸਰ ਸਾਡੇ ਬੰਦੇ ਸਾਡੇ ਕਿਸੇ ਬੰਦੇ ਕੱਲ ਟਰਾਲੀਆਂ ਭਰ ਕਰਕੇ ਉਹਨਾਂ ਦੀ ਟਰਾਲੀ ਛੜੇ ਆ ਬੈਠ ਰਹੀ ਆ ਸਰ ਵੀਡੀਓ ਆ ਯਾਰ ਚੜ੍ਹਦੀ ਯਾਰ ਕਰਦਾ ਯਾਰ ਕਿਉਂ ਆ
ਫਿਰੋਜ਼ਪੁਰ ਦੇ ਜ਼ਿਲ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਤਸਵੀਰਾਂ 'ਚ ਸਾਫ ਤੌਰ 'ਤੇ ਵੇਖਿਆ ਜਾ ਸਕਦਾ ਕਿ ਕਿਵੇਂ ਇੱਟਾਂ ਰੋੜਿਆਂ ਦੇ ਨਾਲ ਵਾਰ ਕੀਤੇ ਜਾ ਰਹੇ ਨੇ, ਰੋੜੇ ਮਾਰੇ ਜਾ ਰਹੇ ਨੇ। ਤਸਵੀਰਾਂ ਦੇ ਵਿੱਚ ਕੁਝ ਲੋਕ ਸਾਫ ਤੌਰ 'ਤੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਰੋੜੇ ਚਲਾਏ ਜਾ ਰਹੇ ਨੇ। ਉੱਥੇ ਹੀ ਵੀਡੀਓ ਦੇ ਵਿੱਚ ਗੋਲੀਆਂ ਦੀ ਆਵਾਜ਼ ਸਾਫ ਤੌਰ 'ਤੇ ਸੁਣਾਈ ਦੇ ਰਹੀ ਹੈ। ਗੋਲੀਆਂ ਚੱਲੀਆਂ ਨੇ, ਇੱਟਾਂ ਰੋੜਿਆਂ ਦੇ ਨਾਲ ਇੱਕ ਦੂਜੇ 'ਤੇ ਵਾਰ ਕੀਤਾ ਗਿਆ। ਉੱਥੇ ਹੀ ਕਾਂਗਰਸ ਆਗੂ ਕੁਲਬੀਰ ਜ਼ਿਲ੍ਹਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਧੱਕੇ ਨਾਲ ਸਾਡੇ ਤੋਂ ਫਾਈਲਾਂ ਖੋਹੀਆਂ ਗਈਆਂ। ਸਾਰੇ ਘਟਨਾਕ੍ਰਮ ਮੌਕੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਕੁਲਬੀਰ ਜ਼ਿਲ੍ਹਾ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ। ਅਤੇ ਨਾਲ ਹੀ ਤੁਹਾਨੂੰ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ, ਜੋ ਕਿ ਵਰਕਰ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ, ਜਿਨ੍ਹਾਂ ਦੇ ਵੱਲੋਂ ਰੋੜੇ ਚਲਾਏ ਜਾ ਰਹੇ, ਰੋੜੇ ਮਾਰੇ ਜਾ ਰਹੇ ਨੇ। ਹਾਲਾਂਕਿ ਹੋਰ ਸਥਿਤੀ ਸਪਸ਼ਟ ਹੋਵੇਗੀ ਕਿ ਆਖਿਰਕਾਰ ਇਸ ਇਹ ਕਿਸ ਧਿਰ ਦੇ ਨਾਲ ਸੰਬੰਧਿਤ ਨੇ, ਕਿਸ ਪਾਰਟੀ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਵੱਲੋਂ ਇਹ ਇੱਟਾਂ ਰੋੜਿਆਂ ਦੇ ਨਾਲ ਵਾਰ ਕੀਤਾ ਜਾ ਰਿਹਾ, ਗੋਲੀ ਕਿਸ ਧਿਰ ਦੇ ਵੱਲੋਂ ਚਲਾਈ ਗਈ। ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਚ ਹੈ। ਜਦੋਂ ਜਾਂਚ ਮੁਕੰਮਲ ਹੋਵੇਗੀ ਜਾਂ ਪੁਲਿਸ ਦਾ ਪੱਖ ਸਾਹਮਣੇ ਆਵੇਗਾ, ਤਾਂ ਉਸ ਤੋਂ ਬਾਅਦ 'ਚ ਇਸ ਪੂਰੀ ਘਟਨਾ ਬਾਰੇ ਹੋਰ ਸਥਿਤੀ ਸਪਸ਼ਟ ਹੋਵੇਗੀ। ਤੁਹਾਨੂੰ ਦੱਸ ਦੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨੋਮੀਨੇਸ਼ਨ ਦਾਖਲ ਕਰਨ ਦਾ ਜਿਹੜਾ ਕਿ ਸਿਲਸਿਲਾ ਲਗਾਤਾਰ ਜਾਰੀ ਹੈ। ਜਿਹੜੇ ਵੀ ਪੰਚਾਂ ਸਰਪੰਚਾਂ ਨੂੰ ਲੈ ਕੇ ਉਮੀਦਵਾਰ ਨੇ, ਉਹਨਾਂ ਦੇ ਵੱਲੋਂ ਆਪਣੇ ਪਰਚੇ ਜਾ ਰਹੇ ਨੇ, ਤਾਂ ਇਸ ਦੇ ਵਿਚਾਲੇ ਜਿਹੜੀ ਕਿ ਫਿਰੋਜ਼ਪੁਰ ਦੇ ਜ਼ਿਲ੍ਹਾ ਦੇ ਵਿੱਚ ਜ਼ਬਰਦਸਤ ਝੜਪ ਹੁੰਦੀ ਹੈ, ਜ਼ਬਰਦਸਤ ਹੰਗਾਮਾ ਹੋ ਜਾਂਦਾ। ਨੋਮੀਨੇਸ਼ਨ ਮੌਕੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਅਤੇ ਝੜਪ ਦੇ ਦੌਰਾਨ ਕਾਂਗਰਸ ਆਗੂ ਕੁਲਬੀਰ ਜ਼ਿਰਾ ਜ਼ਖਮੀ ਵੀ ਹੋ ਗਏ। ਤਸਵੀਰਾਂ ਦੇ ਵਿੱਚ ਕੁਲਬੀਰ ਜ਼ਿਰਾ, ਜੋ ਕਿ ਚਿੱਟੇ ਕੁੜਤੇ ਪਜਾਮੇ ਦੇ ਵਿੱਚ ਨਜ਼ਰ ਆ ਰਹੇ ਨੇ, ਜ਼ਖਮੀ ਹਾਲ ਦੇ ਵਿੱਚ ਕੁਲਬੀਰ ਜ਼ਿਰਾ ਜੋ ਕਿ ਵੇਖੇ ਜਾ ਸਕਦੇ ਨੇ। ਹੋਰ ਉਹਨਾਂ ਦੇ ਨਾਲ ਦੇ ਸਾਥੀ ਵਰਕਰ ਪੁਲਿਸ ਮੁਲਾਜ਼ਮ ਅਧਿਕਾਰੀ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ, ਅਤੇ ਇਸ ਦੌਰਾਨ ਕੁਲਬੀਰ ਜ਼ਿਰਾ ਦੇ ਵੱਲੋਂ ਸਿੱਧੇ ਤੌਰ 'ਤੇ ਆਪ ਵਿਧਾਇਕ ਨਰੇਸ਼ ਕਟਾਰੀਆ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਧੱਕੇ ਨਾਲ ਸਾਡੇ ਤੋਂ ਫਾਈਲਾਂ ਖੋਹੀਆਂ ਗਈਆਂ। ਸਾਰੇ ਘਟਨਾਕ੍ਰਮ ਮੌਕੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਪੁਲਿਸ 'ਤੇ ਵੀ ਸਿੱਧੇ ਤੌਰ 'ਤੇ ਮੂਕ ਦਰਸ਼ਕ ਬਣੀ ਰਹਿਣ ਦੇ ਕੁਲਬੀਰ ਜ਼ਿਰਾ ਨੇ ਇਲਜ਼ਾਮ ਲਗਾਏ ਨੇ। ਅਤੇ ਤੁਹਾਨੂੰ ਨਾਲ ਹੀ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਕਿਸ ਤਰੀਕੇ ਦੀ ਸਥਿਤੀ ਬਣ ਗਈ, ਕਿਸ ਤਰੀਕੇ ਦਾ ਹੜਕੰਪ ਮਚ ਗਿਆ। ਜਦੋਂ ਗੋਲੀਆਂ ਚੱਲਦੀਆਂ ਨੇ, ਗੋਲੀਆਂ ਦੀ ਆਵਾਜ਼ ਸਾਫ ਤੌਰ 'ਤੇ ਸੁਣਾਈ ਦਿੰਦੀ ਹੈ। ਕੁਝ ਲੋਕਾਂ ਦੇ ਵੱਲੋਂ ਧਿਰ ਤਿੱਟਾਂ ਰੋੜਿਆਂ ਦੇ ਨਾਲ ਵਾਰ ਕੀਤੇ ਜਾਂਦੇ ਨੇ, ਰੋੜੇ ਮਾਰੇ ਜਾਂਦੇ ਨੇ, ਉਹ ਵੀ ਸਭ ਕੁਝ ਤਸਵੀਰਾਂ ਦੇ ਵਿੱਚ ਕੈਦ ਹੋਇਆ। ਮੌਕੇ ਦੀਆਂ ਸਾਰੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਨਾਲ ਹੀ ਜ਼ਿਲ੍ਹਾ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ, ਕਾਂਗਰਸ ਆਗੂ ਨੇ ਕੁਲਬੀਰ ਜ਼ਿਰਾ, ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ ਹੋਰ ਸਾਥੀ ਵਰਕਰ, ਹੋਰ ਪੁਲਿਸ ਮੁਲਾਜ਼ਮ ਅਧਿਕਾਰੀ ਤਸਵੀਰਾਂ ਦੇ ਵਿੱਚ ਸਾਫ ਤੌਰ 'ਤੇ ਵੇਖੇ ਜਾ ਸਕਦੇ ਨੇ। ਅਤੇ ਇਸੇ ਦੌਰਾਨ ਹੀ ਉਹਨਾਂ ਦੇ ਸਾਥੀ ਵਰਕਰਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਕਿ ਰੋੜੇ ਮਾਰੇ ਗਏ, ਗੋਲੀਆਂ ਚਲਾਈਆਂ ਗਈਆਂ, ਅਤੇ ਇਸੇ ਪੂਰੀ ਝੜਪ ਦੇ ਵਿੱਚ ਕੁਲਬੀਰ ਜ਼ਿਰਾ ਵੀ ਜੋ ਕਿ ਜ਼ਖਮੀ ਹੋ ਗਏ। ਫਿਲਹਾਲ ਲਗਾਤਾਰ ਅਸੀਂ ਹੋਰ ਵੀ ਜਾਣਕਾਰੀ ਮੌਕੇ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰਕਾਰ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ, ਕਿਸ ਤਰ੍ਹਾਂ ਦੇ ਹਾਲਾਤ ਨੇ। ਹਾਲਾਂਕਿ ਵੱਡੀ ਗਿਣਤੀ ਵਿੱਚ ਪੁਲਿਸ ਦੀ ਉੱਥੇ ਤੈਨਾਤੀ ਕਰ ਦਿੱਤੀ ਗਈ ਹੈ, ਪੂਰੀ ਸਥਿਤੀ ਨੂੰ ਕੰਟਰੋਲ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ ਫਿਰੋਜ਼ਪੁਰ ਦੇ ਜ਼ਿਰਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ, ਜਿੱਥੇ ਕਿ ਜ਼ਬਰਦਸਤ ਝੜਪ ਹੋਈ ਹੈ। ਪੂਰੀ ਝੜਪ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸਾਡੇ ਨਾਲ ਜ਼ਿਰਾ ਦੇ SDM ਗੁਰਮੀਤ ਸਿੰਘ ਜੁੜ ਚੁੱਕੇ ਨੇ। ਸਰ, ਤੁਹਾਡਾ ਸਵਾਗਤ ਹੈ ਪੰਜਾਬ 'ਤੇ। ਸਰ, ਤੁਹਾਡੇ ਤੋਂ ਵਿਸਤਾਰ ਦੇ ਨਾਲ ਸਮਝਣਾ ਚਾਹਾਂਗੇ, ਤੁਹਾਡੇ ਕੋਲ ਹੁਣ ਤੱਕ ਇਸ ਪੂਰੀ ਝੜਪ ਨੂੰ, ਪੂਰੀ ਘਟਨਾ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ? ਸਰ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਮੁੜ ਤੋਂ ਅਸੀਂ SDM ਗੁਰਮੀਤ ਸਿੰਘ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਹੋਰ ਵੀ ਜਿਹੜੀ ਜਾਣਕਾਰੀ ਉਹ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾ ਸਕੀਏ, ਹੋਰ ਕਿਹੜੇ ਕਿਹੜੇ ਤੱਥ ਇਸ ਘਟਨਾ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਜਾਂਚ ਦਾ ਵਿਸ਼ਾ ਹੈ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਧਿਰ ਦੇ ਵੱਲੋਂ ਹੰਗਾਮਾ ਕੀਤਾ ਗਿਆ, ਕਿਸ ਧਿਰ ਨੇ ਗੋਲੀਆਂ ਚਲਾਈਆਂ, ਕਿਸ ਧਿਰ ਨੇ
ਇੱਟਾਂ ਰੋੜਿਆਂ ਦੇ ਨਾਲ ਵਾਰ ਕੀਤੇ ਨੇ। ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਇਹ ਕਹਿਣਾ ਬਹੁਤ ਮੁਸ਼ਕਲ ਹੁੰਦਾ ਕਿ ਫਲਾਣੀ ਧਿਰ ਦੇ ਲੋਕਾਂ ਨੇ ਗੋਲੀਆਂ ਚਲਾਤੀਆਂ ਜਾਂ ਫਲਾਣੀ ਧਿਰ ਦੇ ਲੋਕਾਂ ਨੇ ਇੱਟਾਂ ਰੋੜੇ ਚਲਾ ਦਿੱਤੇ, ਕਿਉਂਕਿ ਜਦੋਂ ਆਹਮੋ ਸਾਹਮਣੇ ਦੀ ਟੱਕਰ ਹੁੰਦੀ ਹੈ, ਝੜਪ ਹੁੰਦੀ ਹੈ, ਤਾਂ ਫਿਰ ਆਹਮੋ ਸਾਹਮਣੇ ਤੋਂ ਇਸ ਤਰੀਕੇ ਦੇ ਨਾਲ ਜਿਹੜੇ ਕਿ ਵਾਰ ਕੀਤੇ ਜਾਂਦੇ ਨੇ।